ਆਪਣੇ ਜਲਸੇ ਦੇ ਵਿੱਚ ਮੁਖਾਲਫ ਦਾ ਨਾਰਾ ਲਾਈ ਜਾਂਦਾ, ਚੌਰੀ ਮਜੀਦ ਜਿੰਦਾਬਾਦ, ਤੂੰ ਮਾਮਾ ਆਪਣਾ ਲਾ। ਇਹਦੇ ਘਰ ਚੋਰ ਰਹੇ ਤੇ ਚੋਰ ਜਾ ਰਹੇ, ਕਹਿੰਦੇ ਯਾਰ ਮੇਰਾ ਯੂਟਿਊਬ ਚੈਨਲ ਵੀ ਹੈ, ਸਬਸਕ੍ਰਾਈਬ ਕਰ ਦੋ। ਚੋਰੀਆਂ ਬਹੁਤ ਹੋਣਗੀਆਂ, ਤੁਸੀਂ ਨਵਾਂ ਚੋਰ ਆਹੋ। ਇਹਨੇ ਵੀ ਆਪਣੇ ਭਰਾ ਦਾ ਕੁੱਤੇ ਦਾ ਮੂੰਹ ਲਵਾ ਲਿਆ, ਇਹਨਾਂ ਦੇ ਘਰ ਮਹਿਮਾਨ ਉੱਡ ਕੇ ਆਏ, ਜਾਣ ਲੱਗੇ ਉਹਨੂੰ ਕਹਿ ਰਹੇ ਬਹੁ ਬਹੁ। ਇਹਦੇ ਭਰਾ ਦੀ ਲੜਾਈ ਹੋ ਗਈ ਤੇ ਉਹਦਾ ਪੁੱਤੇ ਦਾ ਮੂੰਹ ਸੀ, ਉਹ ਲੜਾਈ ਚ ਪਤਾ ਕੀ ਕਰਨਾ। ਇਹਨੇ ਵੀ ਆਪਣੇ ਭਰਾ ਦਾ ਬਾਂਦਰ ਦਾ ਬੂਲ ਵਾ ਲਿਆ ਤੇ ਗੰਨੇ ਵਾਲੀ ਟਰਾਲੀ ਦੇ ਉੱਤੇ ਬਹਿ ਕੇ ਜਾ ਰਿਹਾ, ਇੱਕ ਬੱਚੇ ਨੇ ਗੰਨਾ ਖਿੱਚਿਆ ਤੇ ਉਹਨੂੰ ਬਹਿ ਗਿਆ। ਇੱਕ ਮਿੰਟ ਜਰਾ, ਇਹ ਸਾਡੇ ਮਿਹਰਬਾਈ ਵਾਸਤੇ ਜਰਾ ਜ਼ੋਰਦਾਰ ਤਾੜੀਆਂ ਮਾਰੋ, ਜਿਹਨੇ ਜੁਗਤ ਅੱਛੀ ਕੀਤੀ ਉਹਦੇ ਵਾਸਤੇ ਢੋਲ ਖੜਕੇਗਾ। ਹਾਲਾਂਕਿ ਇਹਨੂੰ ਨਹੀਂ ਪਤਾ ਕਿ ਜੁਗਤ ਕਿਹਨੂੰ ਕਹਿੰਦੇ ਆ। ਹਾਂ 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 ਹਾਂਜੀ ਜੀ, ਵਾਹ ਵਾਹ ਹਸਨੈਨ ਓਕੇ ਬੁਲਾ ਲਓ ਹਸਨੈਨ ਭਾਈ। ਹਾਲਾ ਮੈਂ ਕੋਈ ਹਸਨੈਨ ਭਾਈ ਅੱਗੇ ਆ ਜਾਓ ਹਸਨੈਨ। ਅੱਛਾ ਅੱਛਾ
ਚਾਚਾ ਜੀ ਗੁਲਾਟੀ ਉਹ ਕੰਮ ਕਰ ਰਹੇ ਨੇ ਤੇ ਉਹਦੇ ਸ਼ਗਿਰਦ ਖਾਸ ਨੇ ਆਪਣੇ ਫਨ ਦਾ ਲੋਹਾ ਮਰਵਾ ਕੇ ਮਹੱਲੇ ਚ ਕੂੜਾ ਚੁਕਵਾ ਕੇ ਤਾੜੀ ਖਿਦਮਤ ਪੇਸ਼ ਹੋਏ ਨੇ। ਉਮੈਰ ਭਾਈ ਵਾਸਤੇ ਤਾੜੀ ਲਾਉਣੀ ਹੈ ਲੇਕਿਨ ਹਜੇ ਨੀ ਲਾਉਣੀ, ਹਜੇ ਨੀ ਲਾਉਣੀ ਭਾਜੀ ਭਾਜੀ ਢੋਲ ਢੋਲ ਆਉਣਾ ਲੈਣਾ ਲੈਣਾ ਤੇ ਉਮੈਰ ਭਾਈ ਤੁਹਾਡੇ ਕੋਲ ਗੁਜ਼ਾਰਿਸ਼ ਕਰਦਾ ਨਾਚ ਚੁੱਕ ਕੇ ਪਿੱਛੋਂ ਨਿਕਲ ਜਾਓ, ਬੱਚਾ ਤਾਂ ਬੁਲਾ ਕੇ ਨਹੀਂ ਆਏਗਾ, ਆਪ ਹੀ ਜਾਣਾ ਪੈਣਾ ਤੇ ਅਗਰ ਤੁਸੀਂ ਪਰਫਾਰਮ ਨਹੀਂ ਕਰਨਾ ਅਗਲਾ ਹੀ ਕਰੀ ਜਾਣ ਰਹੇ ਹੋ। ਕੁਛ ਨੀ ਹੁੰਦਾ, ਕਿਹੜਾ 1.5 ਲੱਖ ਦਾ ਮਜਮਾ ਵਾ, ਆਪਣੇ ਯਾਰ ਚਾਰ ਦੋਸਤਾਂ ਨੂੰ ਮੈਂ ਥੋੜਾ ਸ਼ਮਾ ਰਿਹਾ। ਇੱਕ ਵਾਰੀ ਤੁਸੀਂ ਕਲਹਿ ਕਰਨੀ ਭਰਪੂਰ ਜ਼ਰਾ ਤਾੜੀ ਲਾ ਦਿਓ ਮੈਂ ਨਾਲ ਦੀ ਜ਼ਰਾ ਆਇਆ ਆਇਆ ਓਏ ਆਇਆ। ਮੈਂ ਭਾਈ ਬੇਸਿਕਲੀ ਨਾ ਉਹ ਥੋੜੇ ਮਜਮੇ 'ਚ ਕੰਮ ਨਹੀਂ ਕਰਦੇ, ਜ਼ਿਆਦਾ ਮਜਮੇ 'ਚ ਕੰਮ ਕਰਦੇ ਨੇ, ਲਿਹਾਜ਼ ਅਸੀਂ ਨੂੰ ਇਜਾਜ਼ਤ ਦਿਆਂਗੇ ਬੱਚਾ ਲਾ ਕੇ ਆਏਗਾ ਜਾਂ ਕਾਲੂ ਲਾ ਕੇ ਆਉਂ ਭਾਈ ਨਿਕਲ ਜਾ ਯਾਰ। ਕੀ ਗੱਲ ਉਲਟੀ ਨਹੀਂ ਰੁਕਣੀ, ਕੀ ਕਰੀਏ ਇੱਕ ਦੱਸੀ ਦਾ ਹੁੰਦਾ ਵਾ ਨਾ ਪਹਿਲੇ ਆਹ ਮੇਰਾ ਲਵਲ ਸੀ ਭਾਜੀ, ਮੈਨੂੰ ਵਿਸਤ ਕਰੋ ਔਰ ਕਰੋ ਕਿਤੇ ਚੱਲ ਚੱਲ ਯਾਰ ਸਰਕਾਰ ਵਾਸਤੇ ਆਕਸੀਜਨ ਦਾ ਕੰਮ ਕਰਦੀ ਆ, ਇੱਕ ਵਾਰੀ ਤਾੜੀ ਲਾ ਲਓ ਮਹਿਰ ਭਾਈ ਜਨਾਬ ਦੀ। ਮੇਰੀ ਗੁਜ਼ਾਰਿਸ਼ ਹੈ ਜਨਾਬ ਹੁਸੈਨ ਹਾਨੀ ਸਾਹਿਬ ਮਕਵਾਣੇ ਤੋਂ ਭਰਪੂਰ ਪੰਡਾਲ ਦੇ ਵਿੱਚ ਤਸ਼ਰੀਫ ਲੈ ਰਹੇ ਆਪਣੇ ਸੰਗਤ ਦੇ ਨਾਲ, 1,500 ਬੰਦੇ ਦੇ ਨਾਲ ਮਹਿੰਦੀ 'ਚ ਪਹੁੰਚੇ ਨੇ ਲੇਕਿਨ ਫਿਲਹਾਲ ਥੱਲੇ ਨਜ਼ਰ ਆਉਣ ਰਹੇ ਨੇ। ਲੰਗਰਬਾਜੀ ਪੱਟ ਫੜਿਆ ਹੈ ਇੰਨੀ ਕਰਕੇ ਜਿਹੜਾ ਖੁਸਰਾ ਨੋਟ ਉਡਾਉਣਾ ਚੀਜ਼ ਇੰਨੀ ਕਰਕੇ ਪੱਟ ਉਡਾਇਆ ਜੀ ਉਹਨਾਂ ਨੇ ਤੇ ਉਸ ਤੋਂ ਬਾਅਦ ਹਸਨੈਨ ਹਾਨੀ ਸਾਹਿਬ ਵੀ ਤੁਹਾਨੂੰ ਫਨ ਦਾ ਮੁਜ਼ਾਹਰਾ ਕਰਕੇ ਦਿਖਾਉਣੇ। ਕਾਲੂ ਭਾਜੀ ਜਿਹੜੇ ਸ਼ਿਕੰਜਵੀ ਦਾ ਟੱਪ ਪੂਰਾ ਵੇਚ ਕੇ 700 ਬਚਾ ਕੇ ਤੇ ਆ ਗਏ ਨੇ, ਇਹ ਹੈ ਨਾਚੇ ਨਾਗਰ ਜੀ ਹੋਏ ਬੱਚਿਆਂ ਅੱਖ ਦਾ ਨੋਟ ਚੱਕ ਕੇ ਦਿਖਾਉਣਗੇ, ਹਾਥੀ ਝੋਲ ਚੜਾ ਕੇ ਦਿਖਾਉਣਗੇ ਤੁਹਾਨੂੰ, ਹੁਣੇ ਹੁਣੇ ਟੂਪਾ ਵਾਲਾ ਗੱਲ ਕਰਕੇ ਦਿਖਾਉਣਗੇ ਤੁਹਾਨੂੰ। ਕਾਲੂ ਭਾਈ ਉਮੈਰ ਭਾਈ ਵਾਸਤੇ ਹੁਣ ਰਹਿਣ ਦਿਓ, ਆਪਣੀ ਖੁਸ਼ੀ ਨਾਲ ਇਲਾਜ ਰਹਿਣ ਦਿਓ। ਚੱਲ ਚੱਲ ਮੈਂ ਸਾਨੂੰ ਨਹੀਂ ਲੈ ਇੱਕ ਮਿੰਟ ਸਾਹ ਜੀ, ਇਹ ਨਾ ਇਹਨੇ ਆਪਣੇ ਵੱਡੇ ਭਰਾ ਦਾ ਨਾ ਮੂੰਹ ਕੁੱਤੇ ਦਾ ਲਵਾ ਤਾ, ਇਹਨੇ ਓਏ ਨਕਲਾਂ ਨਹੀਂ ਕਰਨੀਆਂ, ਪੰਡ ਨਹੀਂ ਮੜਕ ਦਿਖਾਉਣਾ, ਛੋਟੀ ਛੋਟੀ ਜੁਗਤ ਕਰਦੇ ਇਹਨੇ ਆਪਣੇ ਭਰਾ ਦਾ ਮੂੰਹ ਨਾ ਕੁੱਤੇ ਦਾ ਲਵਾ ਤਾ ਤੇ ਉਹ ਇਹਦਾ ਵੱਡਾ ਭਰਾ ਆਪਣੇ ਵੱਡੇ ਭਰਾ ਨੂੰ ਮਾਰ ਲਿਆ, ਕਹਿੰਦਾ ਯਾਰ ਉਹ ਕਿੱਥੇ ਗਏ, ਕਹਿੰਦਾ ਗੁਣ ਕਹਿੰਦਾ ਅਬੂ ਜੀ ਕਲੈਪਿੰਗ ਕਰਕੇ ਯਾਰ ਹੈ ਨੋਨੀ ਨੇ ਜੁਗਤ ਕੀਤੀ ਹੈ ਕੀ ਗੱਲ ਦੀ ਗੱਲ ਅੱਛਾ ਇਹਨੇ ਵੀ ਆਪਣੇ ਭਾਈ ਦਾ ਮੂੰਹ ਲਵਾ ਤਾ ਕੁੱਤੇ ਦਾ ਬਿੱਟਾ ਜੀ ਕਰ ਲਈਏ ਭਾਜੀ ਨਹੀਂ ਦੱਸ ਕੁੱਤੇ ਦਾ ਇਹਨੇ ਵੀ ਆਪਣੇ ਭਰਾ ਨਾਲ ਕੁੱਤੇ ਦਾ ਮੂੰਹ ਲਵਾ ਤਾ ਯਾਰ ਉਧਰ ਦੱਸ ਭਾਈ ਮਾੜੀ ਮਾੜੀ ਜੀ ਗੱਲ ਅੱਗੇ ਵੀ ਕਰੋ ਯਾਰ ਸਾਜੀ ਇਹਨੇ ਨਾ ਹਾਂ ਚੋਰੀ ਹੋ ਗਈ ਤੇ ਉਹਨੂੰ ਕਹਿਣ ਤੂੰ ਕਹਿੰਦੀ ਕਹਿੰਦਾ ਕੌਣ ਕਹਿੰਦਾ ਤੂੰ ਕਹਿੰਦਾ ਮੈਂ ਸਾਰੀ ਰਾਤ ਤੇਰੇ ਵਾਸਤੇ ਇੱਕ ਵਾਰੀ
ਧੋਨੀ ਸਾਹਿਬ ਵੱਡੀ ਦੁਨੀਆ ਭਾਜੀ ਕੀ ਕਹਿ ਸਕਦੇ ਨਾ ਹੈ ਸਾਹਿਬ ਕੀ ਬੈਂਕ ਲੋ ਚੁੱਕਾ ਕਰਦੇ ਆ ਧੋਨੀ ਸਾਹਿਬ ਸੁਪਰਮੈਨ ਦੀ ਵੀ ਖਾਦ ਵੀਨ ਦਾ ਨਾ ਬੈਨਰ ਲਾ ਕੇ ਜਾਂਦੇ ਆ ਆਪਣੇ ਜਲਸੇ ਦੇ ਵਿੱਚ ਮੁਖਾਲਫ ਦਾ ਨਾਰਾ ਲਾਈ ਜਾਂਦਾ ਚੌਰੀ ਮਜੀਦ ਜਿੰਦਾਬਾਦ ਤੂੰ ਮਾਮਾ ਫੜਾ ਲਾ ਵੱਡੇ ਟਰੈਕਟਰ ਦੇ ਟਾਇਰ ਫੈੜਾਂ ਦੇ ਬਣ ਗਏ ਕਹਿੰਦਾ ਮੈਨੂੰ ਚਿੱਤਰ ਮਰਗ ਭਾਈ ਇਹਨੇ ਜੈਜ਼ ਵਾਲੇ ਤੇ ਜ਼ੌਂਗ ਵਾਲੇ ਲੜਾਤੇ ਜੈਜ਼ ਵਾਲੇ ਜਾ ਕੇ ਤਾਂ ਜ਼ੌਂਗ ਵਾਲੇ ਤੈਨੂੰ ਗਾਲਾਂ ਕੱਢਣ ਡੇ ਪੀਰਾਂ ਨੂੰ ਕਹਿਣ ਦਿਆ ਕਹਿੰਦਾ ਤੇਰੇ ਫਰਾਕ ਪਾ ਲਵੇ ਨਾ ਬਹੁਤ ਉੱਠੇ ਤੇਰੇ ਯਾਰ ਇਹਦੇ ਮੁਹੱਲੇ ਚ ਬੁਹੀਮੀ ਆਇਆ ਉਹਨੂੰ ਕਈ ਜਣੇ ਜੱਗਾ ਸੁਣਾ ਮੈਨੂੰ ਯਾਰ ਆਪਣੇ ਪੀਰਾਂ ਕੋਲ ਦੋ ਮਹੀਨੇ ਰੋਟੀ ਖਾ ਕੇ ਉਹਨੂੰ ਕਹੀ ਮੈਨੂੰ ਤੁਹਾਡਾ ਮਜ਼ਾ ਨੀ ਆਉਂਦਾ ਦੋ ਮਹੀਨੇ ਇਹਦੇ ਘਰ ਇਹਦੇ ਪੀਰ ਹੈ ਤੇ ਘਰਦਿਆਂ ਨੂੰ ਕਹਿੰਦੇ ਅੱਗੇ ਪਿੱਛੇ ਹੋਏ ਤੇਰਾ ਪੀਰਾਂ ਦੀ ਨਜ਼ਰ ਨੀ ਸਹੀ ਹੈ ਸੁਪਰਮੈਨ ਦੀ ਬਿਲਡਿੰਗਾਂ ਦੇ ਠੇਕੇ ਲਏ ਉੱਡ ਉੱਡ ਕੇ ਸਾਫ਼ ਕਰਨ ਦੀਆਂ ਚੀਜ਼ਾਂ ਨਾ ਨਿਕਾ ਜਿਹਾ ਸਾਫ਼ ਰੱਖਿਆ ਐਂ ਕਰਕੇ ਲੱਖ ਲਾਇਆ ਦੇ ਪੀਰਾਂ ਨੂੰ ਕਹਿੰਦੇ ਆ ਪੰਜ ਮਾਣੇ ਕਣਕ ਲੈ ਦੋ ਸਾਲ ਨਿਕਲ ਰਹਿਣਾ ਤੁਸੀਂ ਭਾਜੀ ਕਵਾਲਾਂ ਨੂੰ ਜਾਂਦੇ ਸਾਨੂੰ ਕੁੱਟ ਖਾ ਲਈ ਕਵਾਲ ਦੇ ਪਿੱਛੇ ਬੈਠਾ ਉਹ ਕਵਾਲੀ ਕਿਹੜਾ ਚੂਹਾਂ ਦੇਖੀ ਜਾਂਦੇ ਨੀ ਗੱਲ ਕਹਿੰਦਾ ਫਿਟੇ ਫੋ ਕੇ ਆ ਕੇ ਮੈਨੂੰ ਲਫ਼ਜ਼ ਦੱਸ ਇਹ ਭਾਈ ਦੇ ਪੀਲੀ ਸ਼ਰਟ ਵਾਲੇ ਕਵਾਲਾਂ ਕਵਾਲਾਂ ਨੂੰ ਕਹਿੰਦੇ ਚੁਗਲੀਆਂ ਵੀ ਕਰ ਲੈਂਦੇ ਉਹ ਭਾਜੀ ਉਹ ਜੂਸ ਵਾਲੇ ਕੇ ਜਾਈਓ ਡਿਸਪਲੇ 'ਚ ਲੱਕੜ ਦਾ ਅੰਬ ਨਹੀਂ ਟੰਗਿਆ ਹੁੰਦਾ ਉਹ ਵੀ ਚੂਪ ਗਿਆ ਕਵਾਲਾਂ ਕੋ ਕੁੱਟ ਖਾ ਲਈ ਕਹਿੰਦਾ ਠੇਕੇ ਤੇ ਗੱਲ ਚਿੱਚੜ ਲੈ ਗਿਆ ਘਰ ਕਹਿੰਦਾ ਮੈਂ ਚੈਰੀ ਲੈ ਕੇ ਆਇਆ ਸੁੱਕੀ ਦਾਖਲ ਲਾਣਾ ਤੇ ਕਰੇ ਚਿੱਚੜ ਪਾਣ ਲਵਾ ਲਿਆ ਪੈਂਪਰ 'ਚ ਪੈਂਪਰ 'ਚ ਪਾਣ ਲਵਾ ਕੇ ਫਿਰਦੇ ਮੈਂ ਕਿਹਾ ਕੀ ਕਹਿੰਦਾ ਕੱਲ੍ਹ ਵੀ ਜੇਬ 'ਚ ਲੀਕ ਹੋ ਗਿਆ ਭਾਜੀ ਇਹਦੇ ਪੁਰ ਕੇ ਜੰਬੋ ਲਿਆ ਛਾਪ 'ਚ ਪਵਾ ਲਈ ਅਤੇ ਖੁਲਾ ਕੇ ਛਾਪ 'ਚ ਪਾਈ ਹੋਈ ਇੰਝ ਲੈ ਕੇ ਕਮਾਲ ਸੀ ਆਪਣੇ ਪੀਰਾਂ ਕੋਲ ਕੁੱਟ ਖਾ ਲਈ ਭਾਜੀ ਪੀਰਾਂ ਨੇ ਇੰਝ ਕਾਫੀ ਮਾਰੀ ਇੱਕ ਨੋਟ ਜਾ ਕੇ ਜਲ ਹੀ ਦੇਤਾ ਤੁਸੀਂ ਕਹਿੰਦੇ ਇਹਦੇ ਲਾਗੇ ਬਿੱਲੀ ਨੇ ਕੀ ਕਹਿੰਦਾ ਮੈਨੂੰ ਰਾਹ ਚਲਾ ਦੀ ਮਰੇ ਲੋਕ ਆਵਾ ਥਾ ਕੀ ਲੱਖ ਲਾਣ ਐਨੇ ਕਹਿੰਦਾ ਮੇਰੇ ਰਾਹ ਚਲਾ ਦੀ ਭਾਈ ਉਸਮਾਨੀ ਬਿਜਲੀ ਪੈਣ ਥੱਲੇ ਭਾਂਡਾ ਰੱਖਿਆ ਕਹਿੰਦਾ ਤੁਸੀਂ ਜੀ ਜਮ੍ਹਾਂ ਕਰਨ ਦਿਓ ਮਰੀ ਗਿਆ ਉੱਥੇ ਬਰਫ਼ ਦੀ ਪੱਟੀ ਦਾ ਰੇਟ ਪੁੱਛੀ ਜਾਵੇ ਆ ਭਾਈ ਨੋੜੀ ਘਰ ਪੀਰ ਆਏ ਕਹਿੰਦਾ ਸ਼ੀਸ਼ਾ ਪਕਾਈਏ ਫਿਰ ਪੀਰ ਯਾਰ ਇਹਦੇ ਘਰ ਪੀਰ ਆਏ ਆਪਣੇ ਛੋਟੇ ਬੱਚੇ ਜਾ ਕਹਿੰਦਾ ਉਹਨੇ ਕਿਹਾ ਮੈਂ ਘਰ ਨੀ ਹੈਗਾ ਭਾਈ ਜੇ ਡੋਲ ਇੰਨਾ ਡਰ ਗਿਆ ਪੈਦਲ ਵੀ ਲੱਕੜ ਲਿਆ ਕੇ ਫਿਰ ਭਾਈ ਪੀਰ ਤੇ ਕੁਛ ਵੀ ਨੀ ਇਹਦੇ ਅੱਬੂ ਆਉਂਦੇ ਲੋਕਾਂ ਨੇ ਕਹਿਣਾ ਫਿਲਮ ਆਉਣ ਰਹੀ ਹੈ ਕਹਿੰਦਾ ਮਿਸਰ ਵੀਨ ਪਹਿਲੇ ਰੈਪਰ ਸੀ ਉਹ ਲੱਖ ਲਾਣਾ ਤੇਰੇ ਮਿਸਰ ਯਾਰ ਇਹਦੇ ਬੱਚੇ ਨੇ ਇਹਨੂੰ ਆਵਾਜ਼ ਮਾਰੀ ਕਹਿੰਦੇ ਪਾਪਾ ਕਹਿੰਦਾ ਲੋ ਜੀ ਪਾਉਣ ਲੱਗਾ ਪਟੀਕ ਯਾਰ ਇਹਦੇ ਘਰ ਵਾਲਿਆਂ ਨੇ ਪੁੱਤਰ ਦਿੱਤਾ ਤੇ ਕੂਠੇ ਨੇ ਕੁੜਤੀ ਦੇਣ ਡਿਆ ਨੀ ਲੱਕੀਰਾਂ ਦੀ ਸਰਕਤ ਦੇ ਮੁਕਾਬਲੇ ਅਨ ਲੱਕੀਰਾਂ ਦੀ ਸਰਕਤ ਬਾਜੀ ਨੂੰ ਕੋਈ ਕਾਲ ਨਹੀਂ ਹੈ ਹੈਲਪਲਾਈਨ ਵਾਲੀ ਕੁੜੀ ਨੂੰ ਲੱਗੀ ਹੋਵੇ ਯਾਰ ਕਮਾਲੀਆ ਫਿਰਨ ਦੇ ਮੈਂ ਕਿਹਾ ਇੱਥੇ ਫਿਰਨ ਦੇ ਕਹਿੰਦਾ ਯਾਰ ਜਾਇਦ ਵਾਲਿਆਂ ਕੋਲ ਡਵਾਂਸ ਲਿਆ ਉਹਦਾ ਅੱਗੇ ਪਿੱਛੇ ਹੋਣਾ ਮੈਂ ਅੱਜ ਉਹ ਹੈਲਪਲਾਈਨ ਵਾਲੀ ਕੁੜੀ ਨਹੀਂ ਹੈਲਪਲਾਈਨ ਵਾਲੀ ਕੁੜੀ ਘੰਟਾ ਉਹਨੂੰ ਲੱਗਾ ਰਿਹਾ ਕਿੱਧਰ ਉਹ ਤੁਮਕਾ ਪਾਉਗੀ ਕੜੀ ਵਾਲੇ ਕਾਰਤੂਸ ਖਾ ਕੇ ਆਇਆ ਬਿਲੀ ਸ਼ਰਟ ਨਹੀਂ ਪਾਈ ਨਹੀਂ ਉਹ ਚਾਚੀ ਚੌਂਸੇ ਦਾ ਮੁੰਡਾ ਵਾ ਤੁਸੀਂ ਇਹਦੀ ਹੌਸਲਾ ਅਫਜ਼ਾਈ ਕਰਨੀ ਹੈ ਜ਼ਰਾ ਇਹਦੇ ਵਾਸਤੇ ਤਾੜੀਆਂ ਮਾਰੋ ਕਿੰਨੀ ਕੁ ਕਰਨ ਹੋਣਾ ਹੌਸਲਾ ਅਫਜ਼ਾਈ
ਕੁਮੈਰ ਯਾਰ ਕੁਮੈਰ ਆਇਆ ਤੇਰੇ ਆਇਆ ਯਾਰ ਨਾ ਹੀ ਕੋਈ ਚੰਡਾ ਖਾ ਲੀਆਂ ਉਹਨੇ ਡੇਢ ਘੰਟਾ ਲਾ ਕੇ ਮੇਕਅਪ ਕੀਤਾ ਉੱਠਣ ਲੱਗਾ ਫੇਰ ਫੁਹਾਰਾ ਮਾਰਿਆ ਜੰਗ ਲੜਨ ਗਿਆ ਤਲਵਾਰ ਤੈਨੂੰ ਨੇ ਨਾ ਤਲਵਾਰ ਲਓ ਕੀ ਹੋਇਆ ਕੋਮੇ ਚਲਾਂਗੇ ਇੱਧਰ ਦੇਖ ਲੈ ਤੈਨੂੰ ਫਸਾਈ ਜਾਣਾ ਸੀ ਜੰਗ 'ਚ ਗਿਆ ਮਿੱਠਾ ਜੀ ਇਹ ਉਹਨਾਂ ਨੇ ਤਲਵਾਰ ਦੀ ਤੇ ਸ਼ਾਵਰ ਦੀ ਤੇਜ਼ਾਬ ਪਾ ਕੇ ਫਿਰਾਂ ਦਿਆ ਇਹਨੂੰ ਇੱਕ ਬੰਦੇ ਨੇ ਕਿਹਾ ਕਹਿੰਦਾ ਉਹ ਯਾਰ ਉਹ ਬਸ਼ੀਰ ਨਹੀਂ ਬਸ਼ੀਰ ਉਹ ਕੋਮੇ 'ਚ ਚਲਾ ਗਿਆ ਕਹਿੰਦਾ ਉਹਨੇ ਚਲੇ ਜਾਣੇ ਉਹਦੇ ਕੋਲ ਪੈਸਾ ਹੀ ਬੜਾ ਇਹਨੂੰ ਦੀ ਅੰਮੀ ਕਰੀ ਤੇਰਾ ਆਪਾਂ ਕੋਮੇ 'ਚ ਲਗਾ ਕਹਿੰਦਾ ਮੇਰੀ ਮੋਟਰਸਾਈਕਲ ਲੈ ਕੇ ਤਾਂ ਨਹੀਂ ਗਿਆ ਹਨੇਰੇ 'ਚ ਟਾਰਚ ਲੈ ਕੇ ਵਿਹੜੇ 'ਚ ਕੁਛ ਲੱਭਣ ਦਿਆ ਮੈਂ ਕੀ ਲੱਭਣ ਦਿਆ ਕਹਿੰਦਾ ਮੇਰੀ ਗੈਰਤ ਗੁਆਚੀ ਹੈ ਹਾਂ ਯਾਰ ਭਾਈ ਸ਼ਾਇਰ ਸੀਗਾ ਨਾਲ ਦੇ ਸ਼ਾਇਰ ਕੋ ਕੁੱਟ ਖਾ ਲਈ ਨੀਂਦ 'ਚ ਉਹਦੇ ਸਫ਼ਾ ਪੜ੍ਹਦਾ ਉਹ ਕਹਿੰਦਾ ਲੱਦ ਲੱਦ ਤੇ ਨਹੀਂ ਚੱਲੀ ਇੱਧਰ ਗਲੇ ਦੇ ਬਤੌਂ ਬਣ ਕੇ ਕਹਿੰਦਾ ਮੈਨੂੰ ਕੈਂਸਰ ਆ ਚਾਚੇ ਨੇ ਨਾਈ ਕੋ ਕੁੱਟ ਖਾ ਲਈ ਉਹਦੇ ਵੱਡਾ ਮੌਕਾ ਸੀ ਕਾਲਾ ਉਹਦੀ ਫਿਸ਼ਲ ਕਰਾਈ ਆਉਂਦੇ ਨੇ ਘਰ ਇਹਨੂੰ ਡਾਕਟਰ ਨੇ ਫਿਸ਼ਲ ਕਰਾਈ ਆਉਂਦਾ ਇਹਨੂੰ ਡਾਕਟਰ ਨੇ ਕਿਹਾ ਤੇਰਾ ਚਾਚਾ ਗੋਮੇ ਚ ਲੱਗੇ ਕਹਿੰਦਾ ਉਹ ਬੈਠਾ ਉਹਦੇ ਇਹਨਾਂ ਦੇ ਘਰ ਚੋਰ ਹੈ ਚੋਰੀ ਕਰਕੇ ਚੱਲੇ ਨਾ ਚੋਰ ਤੋਂ ਕਹਿਣ ਦੇਖ ਲਓ ਖਾਧਾ ਇੱਥੇ ਤੱਕ ਕੁਛ ਨਹੀਂ ਤੁਸੀਂ ਅੱਜ ਮੈਂ ਕਹਿੰਦਾ ਮੈਂ ਚਾਚਾ ਕੋਮੇ 'ਚ ਗਿਆ ਕਹਿੰਦਾ ਉਹ ਚਵਲ ਹੀ ਵਾਰਾ ਕਰਦਾ ਜਿੱਥੇ ਮਰਜ਼ੀ ਆਵੇ ਪੈਦਲ ਜੇ ਫਿਰਦਾ ਇਹਦੇ ਘਰ ਚੋਰ ਹੈ ਤੇ ਚੋਰ ਜਾ ਰਹੇ ਆ ਕਹਿੰਦਾ ਯਾਰ ਮੇਰਾ ਯੂਟਿਊਬ ਚੈਨਲ ਵੀ ਹੈ ਸਬਸਕ੍ਰਾਈਬ ਕਰ ਦਿਓ ਇੱਕ ਬੰਦਾ ਕਿਹਾ ਕਹਿੰਦਾ ਤੇਰਾ ਚਾਚਾ ਕੋਮੇ 'ਚ ਚਲਾ ਗਿਆ ਕਹਿੰਦਾ ਕੋਈ ਨਹੀਂ ਅਸੀਂ ਅਗਲੀ ਵਾਰੀ ਡੂਬਰ ਲੈ ਕੇ ਜਾਂਦੇ ਹਾਂ ਭਾਈ ਚੋਰ ਦੇ ਘਰ ਚੋਰੀ ਕਰਕੇ ਜਾਣ ਲੱਗੇ ਤੇ ਦਾਬਾ ਕਹਿਣਾ ਧਿਆਨ ਆ ਜਾਓ ਰੋ ਚੋਰੀਆਂ ਬਹੁਤ ਹੋਣਗੀਆਂ ਤੁਸੀਂ ਨਵਾਂ ਚੋਰ ਆ ਇਹਦਾ ਚਾਚਾ ਕੋਮੇ 'ਚ ਚਲਾ ਕਹਿੰਦਾ ਇੱਧਰ ਉੱਧਰ ਜਾ ਉੱਧਰ ਤੱਪ ਲੱਗੇ ਇਹਨੂੰ ਕਿਸੇ ਨੇ ਕਿਹਾ ਤੇਰਾ ਚਾਚਾ 2 ਨੰਬਰ ਤੇ ਲੈ ਡਾਲ ਕਰਕੇ ਦੇਖਾਂਗੇ 5000 ਨੋਟ ਆ ਫੜੇ ਮੂੰਹ ਮੈਂ ਕਿਹਾ ਤੇਰਾ ਚਾਚਾ 2 ਨੰਬਰ ਆ ਕਹਿੰਦਾ ਅਸੀਂ ਵੀ ਐਵੇਂ ਵੱਡੇ ਹੋ ਗਏ ਨਹਾ ਕੇ ਉੱਧਰ ਹੀ ਆ ਗਿਆ ਮੈਂ ਕਿਹਾ ਕੁਛ ਪਾ ਕੇ ਤੇ ਚੱਪਲ ਪਾ ਕੇ ਆ ਗਿਆ ਲੱਕ ਤੇ 5 ਚੂੜੀਆਂ ਪਾ ਕੇ ਫਿਰਨ ਦਿਆ ਮੈਂ ਕਿਹਾ ਕਹਿੰਦਾ ਲੋਪਿੰਗ ਖਾਣ ਸੱਦਿਆ ਓਏ ਹੁਣ ਸਾਡੀ ਬਿਸਤੀ ਉੱਡ ਗਿਆ ਵੇ ਓਏ ਤਾਲੀਆਂ ਇਹਨੇ ਇਹਦੇ ਭਰਾ ਨੇ ਬਾਂਦਰ ਦੀ ਬਾਂਹ ਲਵਾ ਲਈ ਇੱਕ ਤਰ੍ਹਾਂ ਸਲਾਮ ਲੈਂਦਾ ਸੀ ਤੇ ਇੱਕ ਨਾਇਕ ਇਹਨੇ ਆਪਣੇ ਭਰਾ ਦੇ ਕੁੱਤੇ ਦਾ ਬੂਹ ਲਵਾ ਲਿਆ ਉਹ ਸੁਬਾਹ ਉੱਠ ਕੇ ਵਾਸੀ ਅੱਜ ਲੈ ਦਿਆ ਇਹਦੇ ਭਰਾ ਨੇ ਨਾ ਕੁੱਤੇ ਦਾ ਮੂੰਹ ਲਵਾ ਲਿਆ ਤੇ ਚੰਗੀ ਭਲੀ ਮਹਿਫਲ 'ਚ ਬੈਠਾ ਕਰਨ ਡਿਆ ਉਹ ਅਸੀਂ ਗਏ ਉੱਥੇ ਫਿਰ ਭਾਈ ਉਹ ਉੱਥੇ ਨਾ ਕੋਲ ਕਰੋ ਰਾਏ ਨੂੰ ਕਹਿੰਦੇ ਰੈਪ ਕਰ ਲੈਣਾ ਲੱਗ ਲਾ ਇਹਨੇ ਵੀ ਆਪਣੇ ਭਰਾ ਦਾ ਕੁੱਤੇ ਦਾ ਮੂੰਹ ਲਵਾ ਲਿਆ ਇਹਨਾਂ ਦੇ ਘਰ ਮਹਿਮਾਨ ਉੱਠ ਕੇ ਆਏ ਜਾਣ ਲੱਗੇ ਉਹਨੂੰ ਕਹਿ ਰਿਹਾ ਬਹੁ ਬਹੁ ਇਹਦੇ ਭਰਾ ਦੀ ਲੜਾਈ ਹੋ ਗਈ ਤੇ ਉਹਦਾ ਕੁੱਤੇ ਦਾ ਮੂੰਹ ਸੀ ਉਹ ਲੜਾਈ 'ਚ ਵੀ ਲੱਗੀ ਕਰਨਾ ਇਹਨੇ ਵੀ ਆਪਣੇ ਭਰਾ ਦਾ ਬਾਂਦਰ ਦਾ ਬੂਲ ਵਾ ਲਿਆ ਤੇ ਗੰਨੇ ਵਾਲੀ ਟਰਾਲੀ ਦੇ ਉੱਤੇ ਬਹਿ ਕੇ ਜਾ ਰਿਹਾ ਇੱਕ ਬੱਚੇ ਨੇ ਗੰਨਾ ਖਿੱਚਿਆ ਤੇ ਉਹਨੂੰ ਪੈ ਗਿਆ ਇਹਦੇ ਭਰਾ ਦੇ ਕੁੱਤੇ ਦਾ ਮੂੰਹ ਲਾਇਆ ਉਹ ਸ਼ੂਗਰ ਚੈੱਕ ਕਰਾਉਣ ਗਿਆ ਤੇ ਲੱਤ ਚੱਕਾ ਲਿਆ ਡਾਕਟਰ ਨੇ ਪਤਾ ਨਹੀਂ ਮੈਂ
ਬੁੜੇ ਦੇ ਲੱਗ ਤੇ ਕਦਮ ਲੁੱਕ ਸੁੱਟਦੀ ਕਹਿੰਦਾ ਉਹਨੂੰ ਬੈਟਮੈਨ ਕਹੋ ਲੈ ਉਹ ਵੈਸੇ ਕੀ ਹੋ ਗਿਆ ਤੈਨੂੰ ਕਹਿੰਦਾ ਫੜ ਜੀ ਇਹਨੇ ਕੁੱਤੇ ਦਾ ਮੂੰਹ ਲਵਾ ਲਿਆ ਤੇ ਮੈਚ ਖੇਡਣ ਚ ਗਿਆ ਤੇ ਸ਼ਾਟ ਮਾਰ ਕੇ ਨਾ ਤੇ ਐ ਕਰਦਾ ਜੀ ਆਪਣੇ ਅੱਬੇ ਦੇ ਲੱਕ ਤੇ ਪੌਣਾ ਰੱਖ ਕੇ ਤੇ ਇਸਤਰੀ ਕਰ ਰਿਹਾ ਮੈਂ ਕਿਹਾ ਇਹ ਕੀ ਕਹਿੰਦਾ ਤੇ ਟੈਟੂ ਬਣਾਉਣ ਲੱਗਾ ਬਹੁਤ ਅੱਛੇ ਵੇ ਚਲੋ ਕਹਿੰਦਾ ਟਾਈਟੈਨਿਕ ਦੀ ਵਾਇਰਿੰਗ ਬਾਰੇ ਮਾਮੇ ਨੇ ਕੀਤੀ ਲੈ ਦਾਖਲ ਲਾ ਲੈ ਤੇਰੀ ਜਹਾਜ ਬਹਿ ਗਿਆ ਤੇ ਨਰੇ ਵਾਲੇ ਕਮਰਿਆਂ 'ਚ ਨਾ ਹਕੀਮਾਂ ਦੇ ਕਾਰਡ ਹੁੰਦੇ ਆ ਨੋਨੀ ਬੇਵਕੂਫ ਬੰਦਾ ਚਲੋ ਭਾਈ ਜੀ ਆਪਣੇ ਅੱਬੇ ਨੂੰ ਕਹਿੰਦਾ ਅੱਬਾ ਜੀ ਮੈਨੂੰ ਪੈਸੇ ਦਿਓ ਮੈਂ ਦਾਦਾ ਸਾਹਿਬ ਦੇਖ ਦੇ ਕੇ ਆਣੀ ਆ ਉਹ ਕਹਿੰਦਾ ਕੰਜਰਾ ਤੂੰ ਉੱਥੋਂ ਲਿਆਂਦੀ ਕਿਉਂ ਮਾਮੇ ਦੇ ਜਨਾਜ਼ੇ ਤੇ ਗਿਆ ਮੈਂ ਕਿੱਥੇ ਚੱਲ ਲੰਘਦਾ ਟੂਰ ਤੇ ਸਰ ਜੀ ਇਹਨਾਂ ਦਾ ਮੱਲਾ ਇੰਨਾ ਤੰਗ ਆ ਇਹਨਾਂ ਦੇ ਮੱਲੇ ਜੀ ਝੰਡਾ ਇਦਾਂ ਤਾਂ ਨਹੀਂ ਹਿਲਾਉਂਦੇ ਐ ਹਿਲਾਉਂਦੇ ਇਹਨਾਂ ਦੇ ਲੱਗ ਚ ਪਹਿਲੀ ਵਾਰੀ ਨਜੀ ਦੇਵਰ ਆਇਆ ਸਾਰੇ ਟੱਬਰ ਨੂੰ ਬੁਖਾਰ ਹੋ ਗਿਆ ਇਹ ਕਿਆ ਨੋਨੀ ਏਡੇ ਮਾੜੇ ਇਲਾਕੇ ਚ ਰਹਿੰਦਾ ਉੱਥੇ ਇੱਕ ਬੰਦੇ ਨੇ ਛਤਰੀ ਲੈ ਲਈ ਤੇ ਉਹਨੂੰ ਮੁਬਾਰਕ ਦੇਈ ਜਾਵੇ ਮੁਬਾਰਕ ਹੋਵੇ ਤੁਹਾਨੂੰ ਵੀ ਰੱਬ ਨੇ ਛੱਤ ਦੇ ਦਿੱਤੀ ਐਂਕਰ ਬਣ ਗਿਆ ਖਬਰਾਂ ਦਿੰਦਾ ਸੀ ਮਾਮੇ ਦੇ ਪੁੱਤ ਦੇ ਕਾਰਡ ਦਾ ਵਿਆਹ ਦਾ ਕਾਰਡ ਨਹੀਂ ਉਹ ਵੀ ਪੜ੍ਹਦਾ ਬੇਗਮ ਅਰਸ਼ਦ ਫੈਲ ਤਾਂ ਸਾਰਾ ਕੁਛ ਉਹ ਮਰੇ ਜਿਹੜੇ ਬੰਦੇ ਮਰੇ ਉਹ ਦੱਸ ਬੇਗਮ ਅਰਸ਼ਦ ਤੇ ਬੇਗਮ ਪਤਨੀ ਕੀ ਦਾਖਲਾਂ ਬਾਹਰ ਜਾ ਮੁਸ਼ਤਰਕਾ ਇੱਕੋ ਹੀ ਵਾਸ਼ਰੂਮ ਆ ਤੇ ਉੱਥੇ ਕਲੀਡਰ ਟੈਕ ਆਵਾਜ਼ਾਂ ਲੱਗ ਰਹੀਆਂ ਹੁੰਦੀਆਂ ਚਲੋ ਵੀ ਚਲੋ ਅਸ਼ਰਫ ਵਾਲੇ ਅੱਛੂ ਵਾਲੇ ਅੱਗੇ ਆ ਜਾਵੇ ਨਿਕਲ ਜਾ ਮੈਂ ਤੇ ਕਰੂੰਗਾ ਠੀਕ ਆ ਚੱਲ ਠੀਕ ਅੱਛਾ ਓਏ ਇੱਕ ਮਿੰਟ ਠਹਿਰ ਜਾ ਓਏ ਯਾਰ ਕਹਿੰਦਾ ਯਾਰ ਕੰਮ ਨਹੀਂ ਚੱਲਣ ਡਿਆ ਕੰਮ ਨਹੀਂ ਮੇਰਾ ਚੱਲਣ ਡਿਆ ਮੈਂ ਕਿਹਾ ਕੀ ਕੰਮ ਕੀ ਕਰਦਾ ਕਹਿੰਦਾ ਯਾਰ ਪੁੱਲ ਤੇ ਦਹੀਂ ਬਲੇਰੀ ਨਹੀਂ ਲਈ ਆਨੋ ਨਹੀਂ ਸੁਪਰਮੈਨ ਸੀ ਤੇ ਪੀਰਾਂ ਦੀ ਡਰੈਸ ਲਾ ਕੇ ਪਿੱਛੇ ਉੱਡਣ ਡਿਆ ਮੱਲਿਆਂ ਨੇ ਜਿਸਲੀ ਚਲਾਵਾਂ 5 ਵਜੇ ਇੱਕ ਬੰਦਾ ਕਹਿੰਦਾ ਉਹ ਸੁਪਰਮੈਨ ਰੁਕੀ ਗਵਾਲ ਕਿਹੜੇ ਆ ਰਹੇ ਨੋਨੀ ਦੇ ਇਲਾਕੇ ਦੇ ਵਿੱਚ ਇੱਕ ਬੰਦਾ ਟਾਇਰਾਂ ਵਾਲੇ ਬੂਟ ਪਾ ਕੇ ਆ ਗਿਆ ਉਹਨੂੰ ਪੁੱਛੀ ਜਾਵੇ ਸ਼ਹਿਰ ਜਾਣਾ ਕਿੰਨੇ ਪੈਸੇ ਨਹੀਂ ਤੇ ਤੂੰ ਲਾਗੇ ਰਹਿ ਗਿਆ ਮੇਰੇ ਨਹੀਂ ਤੂੰ ਸੜਿਆ ਵਾ ਟਾਇਰਾਂ ਵਾਲੇ ਬੂਟ ਪਾ ਕੇ ਪਿੱਛੇ ਇੱਕ ਟਾਇਰਾਂ ਵਾਲਾ ਬੂਟ ਲਟਕਾਇਆ ਮੈਂ ਕਿਹਾ ਕਿ ਨਾ ਸਟੱਪਣੀ ਆ ਨੋਨੀ ਟਾਇਰਾਂ ਵਾਲੇ ਬੂਟ ਪਾ ਕੇ ਨਿਕਲਿਆ ਤਾਂ ਉਹਦਾ ਚਲਾਨ ਹੋ ਗਿਆ ਟਾਇਰਾਂ ਵਾਲੇ ਬੂਟ ਪਾ ਕੇ ਤੇ ਇੱਥੇ ਟੂਟਰ ਲਾ ਕੇ ਮੱਲੇ ਫਿਰਿਆ ਇੱਕ ਬੰਦੇ ਨੂੰ ਪੁੱਛਿਆ ਕਹਿੰਦਾ ਆ ਕੀ ਕਹਿੰਦਾ ਉਹ 11 ਵਜੇ ਟਾਇਰਾਂ ਬਾਈ ਤੇਰੀ ਕਿਹੜਾ ਬੰਸ ਮੋਰ ਹੋਣ ਦੀ ਇਹ ਗੱਲ ਸਭ ਤੋਂ ਪਹਿਲਾਂ ਮੈਂ ਦੱਸੋ
ਨਹੀਂ ਤੈਨੂੰ ਹੀ ਕਪਿਲ ਸ਼ਰਮਾ ਦਾ ਫੋਨ ਆ ਗਿਆ ਨਾ ਸਵੇਰੇ ਇੱਥੇ ਆ ਕੇ, ਹੋਰ ਹੋਣੀ ਇੱਥੇ ਬੰਦੇ ਲਿਟ ਕੇ ਛੁਰੀਆਂ ਮਾਰ ਲਈਆਂ, ਛੁਰੀਆਂ ਕੀ ਮਾਰ ਲਈਆਂ, ਜੁਮਾ ਪੜਨ ਗਿਆ ਮੌਲਵੀ ਕਹਿੰਦਾ ਅਗਲੇ ਜੁਮੇ ਚਿੱਟਾ ਸੂਟ ਪਾ ਕੇ ਆਈ ਤੂੰ, ਕੋਈ ਨਹੀਂ ਸੀ ਤੇ ਕਰਾਟੇ ਵਾਲੀ ਵਰਦੀ ਪਾ ਗਿਆ। ਇੱਕ ਮਿੰਟ ਸੁਣ ਤਾਂ ਲੈ ਪੂਰੀ ਕਰ ਲੋ, ਕਿਹਾ ਤੇਰਾ ਮਹਿੰਗੇ ਕੁੱਤੇ ਦਾ ਕੰਮ। ਜੂਰਨ ਬੈਗ ਨਹੀਂ ਹੁੰਦਾ ਉਹ ਜਿਹੜਾ ਸ਼ੂਗਰ ਵਾਲਾ, ਠੰਡਾ ਕਰ ਕਰ ਬਖਾਰ ਜਿਹੜਾ ਦਿਲ ਦੇ ਲਾਉਂਦਾ, ਲਗਦਾ ਗਈਆਂ ਢੋਲ ਵੇ ਤੇਰੀਆਂ ਮਿੰਨਤਾਂ ਸੋਹਣਿਆ ਕਰਦੀ, ਤੇਰੀਆਂ ਮਿੰਨਤਾਂ ਸੋਹਣਿਆ ਕਰਦੀ, ਬਸ ਆਪਣੇ ਚਾਚੇ ਦੇ ਮੁੰਡੇ ਦੇ ਵਿਆਹ ਬਣਾ ਕੇ ਫਿਰ ਮੈਂ ਕਹਿੰਦਾ ਅਲਫੀ ਨਾਲ ਕਰੂੜੀ ਕਰ ਬੈਠਾ ਮਿੱਠਾ ਆਪਣੇ ਭਰਾ ਦੇ ਵਿਆਹ ਜਾ ਯਾਰ ਕੀ ਹੋ ਗਿਆ, ਨੋਨੀ ਮਾੜੇ ਇਲਾਕੇ ਦਾ ਭੰਡ ਬਣ ਗਿਆ, ਘਰ ਬਿੱਲੀ ਸੀ ਉੱਥੇ ਵਧਾਈ ਲੈਣ ਚਲਾ ਗਈ। ਬਿੱਲ ਆ ਗਿਆ ਇਹਨੂੰ 10,000, ਟ੍ਰਾਂਸਫਾਰਮਰ ਨੂੰ ਘੂੜੀਆਂ ਪਾਉਂਦੇ ਉਹਦਾ ਕੀ ਕਸੂਰ, ਆਪ ਹੀ ਤਿਆਰ ਕਰ ਲਓ ਬੇਟੇ। ਇਹ ਵੀ ਹੈਲੋ, ਤੇਰਾ 150 ਹੋ ਗਿਆ ਪੂਰਾ ਪੈਟਰੋਲ ਦਾ, ਨਾਨਾ ਪਾਰਟੀ ਕਰ ਆਪਣੀ ਆਪਣੇ ਪੁੱਤ ਦੇ ਕਾਤਲ ਨੂੰ ਫੜ ਲਿਆ, ਧੀ ਦੇ ਕਾਤਲ ਨੂੰ, ਆਪਣੀ ਧੀ ਦੇ ਕਾਤਲ ਨੂੰ ਫੜ ਲਿਆ ਤੇ ਉਹਦੀ ਧੌਣ ਲਾਉਣ ਲੱਗੇ ਤੇ ਉਹਦਾ ਮੁੰਡਾ ਕਹਿ ਰਿਹਾ ਵੀ ਇਹਨੂੰ ਨਾ ਮਾਰ, ਇਹਨੂੰ ਛੱਡ ਦੇ, ਕੁਛ ਨਾ ਕਰ, ਇਹਨੂੰ ਮਾਫ਼ੀ ਦੇ ਦੇ, ਹੁਣ ਅੱਗੋਂ ਨਾਨਾ ਪਾਟੀ ਕਰ। ਨਹੀਂ ਭਾਜੀ ਮੇਰੇ ਥੱਲੇ ਤਾਂ ਨਹੀਂ ਹੈ, ਉਧਰ ਕਹਿ ਰਹੇ ਚੱਲ ਚੱਲ। ਮੇਰੀ ਬਿਟੀਆ ਕੀ ਬਾਗ ਮੇ ਸਿੰਦੂਰ ਕਾ ਰੰਗ ਬਿਨਾ ਕਹਿਣਾ ਰਹਾ ਬੰਬ ਫੇਂਕਾ ਹਰਾਮੀ ਬੰਬ। ਜ਼ਰਾ ਵੀ ਨਹੀਂ ਯਾਰ ਯਾਰ, ਅੱਛਾ ਅੱਛਾ, ਨਹੀਂ ਮੈਂ ਫਿਰ ਰਹਿਣ ਦਿੰਦਾ ਮੈਂ ਭਾਜੀ, ਤੁਸੀਂ ਸੁਣਾ ਦਿਓ। ਉਹ ਕਹਿ ਰਿਹਾ ਵਾ ਕਿ ਇਹਨੂੰ ਨਾ ਕਰੋ ਕੁਛ,
ਉਹਦਾ ਮੁੰਡਾ ਕਹਿ ਰਿਹਾ ਭਾਜੀ ਇਹਨੂੰ ਕੁਛ ਨਾ ਕਵੋ, ਏਦਾਂ ਪੀੜ੍ਹੀ ਦਰ ਪੀੜ੍ਹੀ ਖੂਨ, ਪੀੜ੍ਹੀ ਦਰ ਪੀੜ੍ਹੀ ਬਦਲਾ ਹੈ ਵੀ ਅੱਜ ਤੁਸੀਂ ਇਹਦਾ ਮੁੰਡਾ ਮਾਰੋਗੇ, ਕੱਲ੍ਹ ਨੂੰ ਇਹ ਤੁਹਾਡਾ ਮਾਰੇਗਾ, ਹੈ ਨਸਲ ਦਰ ਨਸਲ ਚੱਲਦਾ ਰਹਿਣਾ ਨਿਜ਼ਾਮ। ਤੇ ਨਾਨਾ ਪਾਟੀਕਰ ਅੱਗੋਂ ਕਹਿ ਰਿਹਾ, ਮੇਰੀ ਬਿਟੀਆ ਕੀ ਮੰਗ ਮੈਂ ਸਿੰਦੂਰ ਕਾ ਰਗ ਬਿਨਾ ਚੜਾ ਰਹਾ, ਬੰਬ ਫੇਂਕਾ ਹਰਾਮੀ ਬੰਬ, ਟੁਕੜੇ ਟੁਕੜੇ ਹੋ ਗਿਆ ਤੁਹਾਰੇ ਜੀਜਾ ਕੇ, ਕੋਈ ਹੱਥ ਉਠਾ ਕੇ ਲਾ ਰਹਾ ਹੈ, ਕੋਈ ਮੁੰਡੀ ਉਠਾ ਕੇ ਲਾ ਰਹਾ ਹੈ, ਤੂੰ ਕਹਿੰਦਾ ਤੋ ਇਸੇ ਅਭੀ ਛੋੜ ਦੇਤਾ ਹੂੰ, ਆਰਤੀ ਉਤਾਰਤਾ ਹੂੰ, ਇਸਕੀ ਬੋਲ ਵਾਪਿਸ ਆਏਗਾ ਵੋ। अरे मिट्टी की मूर्ति बना दी, अरे बुढ़े को चार पाई पे हकता है, चार पाई पे भूतता है बुढ़ा। इलेक्शन पे खड़ा हो गया भरावा, नाने पार्टी का दीवाना वोट पकड़े आ गए, वोट डाल दे अभी हरा डाले के मुझे। ਯਾਰ ਇਹਦਾ ਆਪੂ ਇਹਨੂੰ ਕਹਿਣ ਡਿਆ ਕੰਮ ਤੇ ਨਹੀਂ ਗਿਆ, ਉਹਨੂੰ ਕਹਿਣ ਡਿਆ ਕ੍ਰੋਧ ਕੋ ਪਾਲਣਾ ਸੀ ਕਾਸ਼ੀ। ਤੁਹਾਡੀ ਆਵਾਜ਼ ਕੱਟ ਕੱਟ ਕੇ ਆ ਗਈ, ਇਹਦਾ ਆਪਾਂ ਨੂੰ ਕਹਿੰਦਾ ਤੂੰ ਮੇਰਾ ਹੈਗਾ, ਹਾਂ ਠੀਕ ਹੈ ਠੀਕ ਹੈ। ਇਹਦਾ ਬੜਾ ਕਹਿੰਦਾ ਇਹਨੂੰ ਉਹ ਚਵਲ ਹੈ, ਕਹਿੰਦਾ ਰੁਕੋ ਤਰਾ ਸਬਰ ਕਰੋ ਕਿਆ ਹੋ ਗਿਆ। ਆਪਣੇ ਬਿਲਕੁਲ 100 ਰੁਪਇਆ ਦੋ, ਕਹਿੰਦਾ ਚੁੱਪ ਕਰ ਬੇ ਕੁੱਤੇ, ਪੜ੍ਹਦਾ ਵੀ ਸਕੂਲ। ਇਹਦਾ ਬਾ ਗਿਆ ਕਹਿੰਦਾ ਜੀ ਮੇਰਾ ਬੇਟਾ, ਕਹਿੰਦਾ ਦੇਖਾ ਫਿਰ ਲਾਭ ਰੋਏ ਕਦੀ ਤੀਜਾ, ਦੇਖਿਆ ਯਾਦ ਕਹਿੰਦਾ ਬਹੁਤ ਹਰਾਮ ਵੀ ਹੋ ਬੇਟਾ। ਇਹਦੇ ਅੱਬੇ ਨੇ ਇਹਨੇ ਆਪਣੇ ਅੱਬੇ ਕੋਲੋਂ 100 ਰੁਪਇਆ ਮੰਗਿਆ, ਕਹਿੰਦਾ ਕਹਿਣਾ ਕਿਆ ਚਾਹਤੇ ਹੋ। ਇੱਕ ਫਿਲਮ 'ਚ ਹਰਬੀ ਸੰਘਾ ਸਾਹਿਬ ਨੂੰ ਪੁੱਛਿਆ ਜਾਂਦਾ ਕਿ ਕਦੀ ਇਸ਼ਕ ਕੀਤਾ, ਉਹ ਹੁਣ ਇਸ਼ਕ ਦਾ ਜਵਾਬ ਦਿੰਦੇ ਕਿ ਇਸ਼ਕ ਦਾ ਕੀ ਮਤਲਬ ਹੈ ਅਤੇ ਕਿੱਦਾਂ ਇਹਦਾ ਰਿਜ਼ਲਟ ਨਿਕਲਦਾ। ਪੁੱਛੋ ਕਦੀ ਇਸ਼ਕ ਕੀਤਾ, ਕਦੀ ਇਸ਼ਕ ਕੀਤਾ, ਇਸ਼ਕ ਕੀਤਾ ਉਹਨੇ, ਪਤਾ ਕਿਆ ਪਤਾ ਪਿਆ ਤਾਂ ਸਮੋਸਾ ਕਿਆ ਸਮੋਸਾ ਖਵਾਤਾ, ਉਹਨੇ ਮੁੰਦਰੀ ਮੰਗ ਲਈ, ਅਸਾਂ ਮੰਮੀ ਦੀ ਮੁੰਦਰੀ ਚੱਕ ਕੇ ਕਿਹੜਾ ਚੁਰੀ ਵਿੱਚ ਫਸਾ ਦੀ, ਸੂਟਾਂ ਦਾ ਗੁੱਸਾ ਵੀ ਨਹੀਂ ਕਿ ਜਾਂ ਕਿ ਭਰਾਵਾ ਦਾ ਰਿਸ਼ਤਾ ਗਿਆ, ਸਾਡਾ ਰਿਜ਼ਲਟ ਆ ਗਿਆ, ਉਹਦੇ ਪਿਓ ਨੇ ਡੋਲੀ ਤੋੜਦੀ, ਸਾਡੇ ਪਿਓ ਨੇ ਰੀੜੀ ਖੋਲਦੀ, ਆ ਆਲੂ ਟਿੱਕੀ ਸਮੋਸਾ ਆਈ ਭੈਣ ਦਾ ਭਨੋਜਾ ਇਸ਼ਕ। ਨਾਨਾ ਪਾਟੀਕਰ ਦੀ ਵਜੂਦ ਫਿਲਮ ਦਾ ਸ਼ੇਰ ਕੈਸੇ ਬਤਾਓ ਯਾਰ, ਇੱਕ ਸਾਈਕਲ ਤੇ ਇੱਕ ਟੋਪੀ ਲੈ ਦੇ ਬਸ, ਸੀਟੀ ਉਹਦੇ ਕੋਲ ਹੈ ਹੀ ਆ, ਚੌਕੀਦਾਰਾ ਕਰੀ ਜਾਵੇ ਤੂੰ। ਚੱਲ ਚੱਲ ਯਾਰ ਮਿਸ਼ਰ, ਲਓ ਭਾਜੀ ਸੀਰੀਅਸ ਸ਼ੇਰ, ਕੋਈ ਕੌਮੇਡੀ ਨਹੀਂ, ਜਨਰਲ
ਸ਼ਿਰਾਜ਼ ਭਾਈ ਹਮ ਦਿਲ ਕੀ ਅਤਾ ਕਰ ਰਹੇ ਇਸੇ ਖੁਸ਼ ਆਮਦੀਦ ਕਹਿੰਦੇ ਹੈਂ ਕਰਤੇ ਹੈਂ ਵੈਲਕਮ ਤਿੰਨ ਘੰਟੇ ਹੋਏ ਰੋਟੀ ਖਾ ਪੀ ਅੰਧੇਰੀ ਰਾਤ ਕੀ ਸਭ ਕਾਲੀ ਦੀਵਾਰੇ ਗਿਰੇ ਔਰ ਰੋਸ਼ਨੀ ਕਾ ਇੱਕ ਦਰਿਆ ਹਰ ਤਰਫ ਬਹਿਨੇ ਲਗੀ ਇਤਨੇ ਦਿਨੋਂ ਕੇ ਬਾਅਦ ਜੋ ਦੇਖਾ ਤੁਮੇ ਤੋ ਯੂੰ ਲਗਾ ਕੇ ਇੱਕ ਵੇ ਜਾਂ ਤਨ ਮੈਂ ਆਤਮਾ ਫਿਰ ਲੋਟ ਕੇ ਆ ਜਾਏ ਵੋ ਜੋ ਖੋ ਚੁੱਕਾ ਤਾ ਜ਼ਿੰਦਗੀ ਫਿਰ ਜ਼ਿੰਦਗੀ ਪਾ ਜਾਏ ਵੋ ਜੋ ਮਰ ਚੁੱਕਾ ਤਾ ਜੀ ਉੱਠੇ ਔਰ ਫਿਰ ਕਹੇ ਔਰ ਫਿਰ ਕਹੇ ਔਰ ਫਿਰ ਕਹੇ ਕੈਸੇ ਬਤਾਓ ਮੈਂ ਤੁਮੇ ਮੇਰੇ ਲਈ ਤੁਮ ਕੌਣ ਹੋ ਥੈਂਕ ਯੂ ਵਾਹ 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 ਤੁਸੀਂ ਹੁਣ ਪਰਬਾਸ਼ ਕਰੀਏ ਐਂਡ ਕਰਦੀ ਬਾਇੰਡ ਅਪ ਤਰਾਨਾ ਕਰੋ ਤੇ ਚੱਲੀਏ।